ਡਾਕਟਰ ਸਾਹਿਬ ਸੂਆ ਕਿਨਵਾ ਸੂਈ ਹੈ ਤੇ ਕਿਦੋਂ ਦੀ ਸੂਈ ਹੈ? ਦੂਸਰਾ ਸੂਆ ਸੂਈ ਹੈ, ਸੂਈ ਨੂੰ ਅੱਜ ਕੋਈ 6-7 ਦਿਨ ਹੋ ਗਏ। 6-7 ਦਿਨ ਹੋ ਗਏ ਨਾ ਸੂਆ ਦੂਸਰਾ ਵੇ, ਤੇ ਕਿੰਨਾ ਕੁ ਦੁੱਧ ਦੇ? 20 ਕਿਲੋ ਵੇ। ਚੰਗੀ ਕਾਦਾਵਰ ਨਾਮੀ ਗ੍ਰਾਮੀ ਚੀਜ਼ ਹੈ, ਹਰ ਵੀਡੀਓ ਚ ਇਹੋ ਜੀ ਵੈੜ ਨਹੀਂ ਸ਼ਾਮਲ ਹੁੰਦੀ। ਮਾਸ਼ਾਅੱਲਾ ਜੀ, ਲਿਬਾਸ ਦੋਸਤਾਂ ਨੂੰ ਫਿਰ ਵਹਾ ਲੈਣੇ। ਡਾਕਟਰ ਸਾਹਿਬ ਕਹਿ ਰਹੇ ਨੇ ਲਿਬਾਸ ਜ਼ਰਾ ਪੱਕਾ ਰੱਖ ਦਈਏ, ਕੋਈ ਮੌਸਮ ਜਿਉਂ ਜਿਉਂ ਚੰਗਾ। ਕਿਸੇ ਭਰਾ ਦੋਸਤ ਨੂੰ ਪਸੰਦ ਜਿਹਨੂੰ ਆਈ ਨਾ, ਉਹਨੂੰ ਫੋਨ ਦੇ ਉੱਤੇ ਰੇਟ ਦਾ, ਫੋਨ ਦੇ ਉੱਤੇ। ਹਾਂਜੀ, ਬਹਰਹਾਲ ਭਰਾ ਕਹਿੰਦੇ ਨੇ ਜੀ ਸ਼ਾਮਲੇਟ ਸ਼ਾਮਲਾਟ ਜਗ੍ਹਾ ਨੇ ਕਿ ਜਿਹਦਾ ਅੰਦਰ ਖਾਤੇ ਸੌਦਾ ਕਰਨਾ, ਤੇ ਯਾਰ ਸਾਡੀ ਤੇ ਫਿਰ ਸ਼ਾਮ ਲਾਟ ਹੀ ਜੇ। ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਚ ਜੁਮੇਰਾਤ ਦਾ ਤੇ ਇਸ ਟਾਈਮ ਵੇਖੋ, ਮੈਂ ਤਾਂ ਨਹੀਂ ਦੱਸਦਾ ਫਹਰੇ ਸਿਆਲਕੋਟ, ਸਿਆਲਕੋਟ ਦੇ ਬ੍ਰਾਂਡ ਵਪਾਰੀ ਤੇ ਸ਼ੇਰੇ ਪੰਜਾਬ ਸਰਦਾਰ ਆਸਮ ਡੋਗਰ ਸਾਹਿਬ ਮੌਜੂਦ ਆ, ਤੇ ਡੋਗਰ ਸਾਹਿਬ ਨੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਕਾਇਮ ਕੀਤਾ। ਵਜ੍ਹਾ ਹੈ ਜਿਹੜੀ ਸਾਹਮਣੇ ਮਾਸ਼ਾਅੱਲਾ ਜੀ ਵੈੜ ਨਜ਼ਰ ਆ ਰਹੀ ਹੈ, ਇਸ ਤੋਂ ਪਹਿਲੇ ਕਿਸੇ ਵੀਡੀਓ 'ਚ ਇਹੋ ਜਿਹਾ ਕਾਦਾਵਰ ਜਾਨਵਰ ਨਹੀਂ ਸ਼ਾਮਿਲ ਕੀਤਾ, ਇਹ ਵੀ ਨਸਲੀ ਮਾਸ਼ਾਅੱਲਾ ਜੀ। ਅੱਜ ਦੀ ਇਸ ਵੀਡੀਓ 'ਚ ਟੋਟਲ 4 ਖੂਬਸੂਰਤ ਗਾਵਾਂ, ਇਸ ਤੋਂ ਇਲਾਵਾ 1 ਖੂਬਸੂਰਤ ਝੋਟੀ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ, ਕੀਮਤ ਹੈ, ਉਹ ਵੀ ਮਲੂਮ ਕਰਨੇ ਹਾਂ। ਬ੍ਰਾਂਡ ਵਪਾਰੀ ਸਾਹਿਬ ਬਾਬੂ ਜੀ ਸਾਹਮਣੇ ਜੀ, ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਫਰਾਜ਼ ਸਾਹਿਬ, ਕੀ ਹਾਲ ਚਾਲ ਹੈ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਬੜਾ ਕਰਮ ਹੈ। ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ, ਸ਼ੁਕਰ ਹੈ ਅੱਲਾਹ ਦਾ। ਤੇ ਬ੍ਰਾਂਡ ਦੇ ਨਜ਼ਦੀਕ ਆਈਓ ਹਾਂ ਜ਼ਰਾ, ਨਾਲੇ ਗੁਫ਼ਤਗੂ ਜਾਰੀ ਰੱਖੋ। ਧੁੱਪ ਹੈ ਵਾਹਵਾ, ਤੁਹਾਨੂੰ ਗਰਮੀ ਜ਼ਿਆਦਾ ਲੱਗਦੀ ਹੈ, ਏਸੀ ਥੱਲੇ ਮਾਸ਼ਾਅੱਲਾ ਰਹਿੰਦੇ ਹੋ, ਤੁਹਾਡੀ ਮਿਹਰਬਾਨੀ ਹੈ ਕਿ ਕੋਈ ਦੋਸਤਾਂ ਵਾਸਤੇ ਕੋਈ 10 ਮਿੰਟ ਕੱਢੇ ਨੇ ਵੀਡੀਓ ਬਣਾਉਣ ਵਾਸਤੇ। ਉਮੀਦ ਕਰਦੇ ਹਾਂ ਸਾਰੇ ਦੋਸਤ ਅਹਿਬਾਬ ਖੈਰ ਕੇ ਨਾਲ ਹੋਣਗੇ। ਆਏ ਕੜਾਕੇ ਵਾਲੇ ਗਰਮੀ, ਕੜਾਕੇ ਵਾਲੇ ਗਰਮੀ। ਤੁਹਾਨੂੰ ਸਲਾਮ ਦੁਆ ਦਈ ਦੀ ਵੀਡੀਓ ਹੀ ਤੇ ਇੱਕ ਦਿਨ ਇੱਕ ਭਰਾ ਕਾਲ ਕੀਤੀ ਸੀ ਕਿ ਯਾਰ ਤੁਸੀਂ ਵੀਡੀਓ ਲੰਮੀ ਕਰ ਦਿੰਦੇ ਹੋ, ਤੇ ਜੇ ਦੋਸਤ ਕਹਿਣਗੇ ਤਾਂ ਭਾਈ ਅੱਗੋਂ ਦੇ ਦਿਆਂਗੇ, ਨਹੀਂ ਤੇ ਭਾਈ ਮਾਜ਼ਰਤ ਚਾਹੁੰਦੇ ਆ। ਭਰਾ ਜਿਹੜੇ ਪੈਗਾਮ ਦਿੰਦੇ ਨੇ, ਸਲਾਮ ਦੁਆ ਦਿੰਦੇ ਨੇ, ਉਹਦੀ ਮਾਜ਼ਰਤ ਚਾਹੁੰਦੇ। ਭਾਈ ਦੋਸਤ ਇਤਰਾਜ਼ ਬੜਾ ਕਰਦੇ, ਜੇ ਹੁਣ ਅੱਗੋਂ ਵੀਡੀਓ ਦੇ ਵਿੱਚ ਕਮੈਂਟਾਂ ਹੀ ਦੋਸਤ ਕਹਿਣਗੇ ਤੇ ਅੱਗੋਂ ਫਿਰ ਦੇਖਣਾ ਕਰਾਂਗੇ। ਇੱਕ ਅੱਧੇ ਬੰਦੇ ਤੇ ਕਹਿਣ ਤੇ ਨਹੀਂ ਨਾ ਕੰਮ ਛੱਡੀ, ਕਿ ਨਹੀਂ ਫਰਾਜ਼ ਸਾਹਿਬ? ਬਿਲਕੁਲ ਸਹੀ ਗੱਲ। ਤੇ ਹੋਰ ਉਮੀਦ ਕਰਦੇ ਸਾਰੇ ਦੋਸਤ ਅਹਿਬਾਬ ਖੈਰ ਕੇ ਨਾਲ ਹੋਣਗੇ। ਭਾਈ ਫਰਹਾਦ ਘੁੰਮਣ ਨੇ, ਭਾਈ ਜ਼ਬੀ ਘੁੰਮਣ ਨੇ, ਉਹਨਾਂ ਨੂੰ ਸਾਡਾ ਸਲਾਮ। ਕਰਾਈਏ ਸ਼ੌਕ, ਸ਼ੌਕ ਖੜਾ ਕੀ ਅੱਜ ਇਨਸ਼ਾਅੱਲਾ। ਆਓ ਜੀ, ਤਹਿਸੀਲ ਦੱਸਿਆ, ਜ਼ਿਲ੍ਹਾ ਸਿਆਲਕੋਟ ਹੈ, ਪਿੰਡ ਦਾ ਨਾਮ ਹੈ ਜੀ ਪੀਰੋ ਚੱਕ। ਮਾਸ਼ਾਅੱਲਾ ਜੀ ਚੰਗੀਆਂ ਨਾਮੀ ਗ੍ਰਾਮੀ ਵੈੜਾਂ ਨੇ, ਤੇ ਭਾਈ ਤਸਵਰ ਹੁਣ ਜ਼ਰਾ ਮਿਹਰਬਾਨੀ ਕਰਨੀ ਹੈ, ਤਵੱਜੋ ਅੱਗੇ ਕਰਨੀ ਹੈ। ਵੈੜ ਨੰਬਰ 1 ਆ ਗਈ ਹੈ ਮਾਸ਼ਾਅੱਲਾ ਜੀ, ਇੱਕ ਚੰਗੀ ਕਾਦਾਵਰ ਨਾਮੀ ਗ੍ਰਾਮੀ ਵੈੜ ਹੈ ਜੀ। ਆ ਸਭ ਘਾਟੀ ਸ਼ੋਕ ਕਾਲ ਇਧਰ ਕਰਿਆ ਜੇ, ਜਿਹਨੂੰ ਵੇਖੋਗੇ ਉਹੀ ਲਾਲ ਹੈ ਇਨਸ਼ਾਅੱਲਾ। ਅੱਲਾਹ ਦੇ ਫਜ਼ਲ ਤੇ ਆਓ ਜੀ ਭਾਈ, ਅੱਲਾਹ ਸਾਰੇ ਸਬਦੇ ਸੁੱਚੇ ਹੋਣਗੇ। ਭਰਾ ਸਾਹਿਬ ਕਹਿਣ ਨੂੰ ਇਹ ਕਹਿੰਦੇ ਰਹੋ, ਸਾਡੀ ਵੈੜੀ 10 ਦਿਨਾਂ ਸੁਣਦੀ ਸੁਈ ਹੈ, ਭਾਈ ਆਪੀ ਪਰਲੀ ਸਾਈਡ ਤੋਂ ਟੁਰਨਾ। 10 ਦਿਨਾਂ ਦੀ ਸੁਈ ਹੈ, ਇਹ ਝੂਠ ਹੈ। ਮੇਰੀ ਵੈੜੀ ਸੁਈ ਹੈ 1 ਮਹੀਨਾ ਦਾ, 10 ਦਿਨ ਹੋ ਗਏ ਨੇ, 4,40,000 ਰੁਪਏ ਦੀ ਵੈੜੀ ਦਿੱਤੀ ਦੋਸਤ ਮੇਰਾ ਹੁੰਦਾ ਇਧਰ। ਮੇਰੇ ਹਾਲ ਕਰੋ, ਵੈੜੀ ਤੇ ਲਾਗੇ ਜਾ ਕਰਦੇ ਹਾਂ। ਦੋਸਤ ਮੇਰਾ ਹੁੰਦਾ ਇੱਕ ਅਮਰੀਕਾ, ਉੱਥੋਂ ਆਏ ਹਨ, ਜਿੱਦਾਂ ਆਏ ਹਨ, ਇਹ ਦਿੱਤੀ 7 ਮਹੀਨੇ ਦੀ, 22-23 ਨੂੰ ਵੈੜੀ ਗਈ ਸੀ। ਜਿੱਦਾਂ ਆਏ ਹਨ, ਆਉਣ ਤੋਂ ਪਹਿਲਾਂ ਉਹਨਾਂ ਨੇ ਵੈੜੀ ਘਰ ਚਲੀ ਗਈ। ਉਹਨਾਂ ਨੇ ਪਹਿਲਾਂ ਹੀ ਫੋਨ ਕੀਤਾ ਸੀ ਕਿ ਮਹੀਨਾ ਇੱਕ ਰਹਿਣਾ, ਅਤੇ ਬੱਚੀਆਂ ਗਾਈ ਦਾ ਦੁੱਧ ਪੀਂਦੀਆਂ ਨੇ, ਇੱਕ ਬੱਚੀ ਅਤੇ ਇੱਕ ਬੱਚਾ ਉਹਨਾਂ ਦਾ। ਗਾਈ ਦਾ ਦੁੱਧ ਬੱਚੇ ਪੀਂਦੇ ਨੇ, ਅਤੇ ਗਾਈ ਯਾਰ ਘਰ ਕਰ ਦੇ। ਗਾਈ ਉਹਨਾਂ ਨੇ ਦਿੱਤੀ 4,30,000 ਰੁਪਏ। ਗਾਈ ਮਹਿਮਾਨ ਹੈ, 40 ਵੀਡੀਓ 'ਚ ਮੁੱਲ ਪਾਇਆ, ਫਾਈਨਲ ਦਿੱਤੀ 40 ਦੀ, ਇਹ 10,000 ਰੁਪਈਆ ਉਹਨਾਂ ਨੇ ਫਿਰ ਆਪਣੀ ਮਰਜ਼ੀ ਨਾਲ ਛੱਡਿਆ ਹੈ। ਗਾਈ ਪ੍ਰਾਹੁਣੀ ਆਈ ਹੈ, ਇਹ ਉਹਨਾਂ ਦੀ ਵੀ ਜਿੰਨੇ ਦੀ ਵੀ ਵਿਕੇ। ਇਸ ਟਾਈਮ ਇਹ ਵੇ ਕਿ ਦੁੱਧ 14 ਕਿਲੋ ਜਿਹੜਾ ਨਾ, 14 ਕਿਲੋ ਪੱਕਾ ਠੰਡਾ ਕਰਕੇ ਤਸੱਲਾ ਦੇ ਨਾਲ, ਜਿੱਦਣ ਮੈਂ ਦਿੱਤੀ ਗਾਂ ਨੂੰ 20 ਕਿਲੋ ਦੁੱਧ ਚੁਆ ਕੇ ਦਿੱਤੀ।
ਤੇ ਮੁਲਾਜ਼ਮ ਨੇ ਉਹਨਾਂ ਦੇ ਨਗਾਹ ਰੋਲ ਛੱਡੀ ਏ, ਮਾਰ ਛੱਡੀ ਏ ਸੇਵਾ ਸਾਹਮਣੀ ਉਹਨੇ ਕੀਤੀ। ਤੇ ਵੈੜੀ ਅੱਜ ਵੀ 4 ਲੱਖ ਰੁਪਈਏ ਦੀ ਹੋਈ ਏ, ਇਹਦੀ 10 ਦਿਨ ਬਸ ਸਾਂਭ ਹੋਇਆ ਹੱਥ ਪੀਰੇ ਦੇ ਵਿੱਚ 4 ਲੱਖ ਰੁਪਈਏ ਦੀ ਏ। ਠੰਡਾ ਕਰਕੇ ਜਿਹੜਾ ਨਾ ਠੰਡਾ ਕਰਕੇ ਦੁੱਧ ਇਹਦੇ ਕੋਲ ਇਸ ਟਾਈਮ ਜਿਹੜਾ 14-15 ਕਿਲੋ ਏ। ਤੇ ਕਰਮ ਵਾਲੀਆਂ ਦੋ ਨੇ ਫਰਾਜ਼ ਸਾਹਿਬ, ਜਿੰਨੇ ਦੀ ਇਹ ਲੈਣੀ ਹੈ ਨਾ, ਇਹ ਜਿੰਨੇ ਦੀ ਮੈਂ ਵੈੜੀ ਕਿਸੇ ਨੂੰ ਦੇਣੀ ਹੈ। ਇੰਨੇ ਦੀਆਂ ਲੋਕ ਕੀ ਨਾਂ ਲਈਦਾ, ਖਾਂਗੜੀਆਂ ਗਾਈਆਂ ਵੀ ਲੈ ਲੈਂਦੇ ਤੇ ਕੰਜ ਵੱਛੀਆਂ ਲੈ ਲਾ ਪਾ ਲੈਂਦੇ ਨੇ। ਤੇ ਇਹ ਉਸ ਮੁੱਲ 'ਚ ਦੋ ਕਿਸੇ ਭਰਾ ਦੋਸਤ ਨੂੰ ਦੇਣੀਆਂ ਨੇ, ਤੇ ਤੋਹਫਾ ਏ। ਇਹ ਮੇਰੀ ਗੱਲ ਭਾਵੇਂ ਹਾਈਲਾਈਟ 'ਤੇ ਵੀ ਲਾਇਓ, ਇਹ ਤੋਹਫਾ ਏ। ਜਿਹੜਾ ਭਰਾ ਵੇਖੇਗਾ ਇਸ ਮੁੱਲ ਦੀਆਂ ਲੋਕ ਖਾਂਗੜੀਆਂ ਲੈ ਕੇ ਨਾ, ਉਹਨਾਂ ਨੂੰ ਵੰਨ ਲਵਾਉਂਦੇ ਨੇ, ਕੰਜ ਵੱਛੀਆਂ ਲੈ ਕੇ ਜਿਹੜੇ ਮੁੱਲ ਦੀ ਵੱਛੀ ਦੇਣੀ ਹੈ। ਵੱਛੀ ਅੱਲਾ ਦੇ ਹੁਕਮ ਨਾਲ ਕੋਈ 10 ਦਿਨ ਖਲੋਈਓ, ਸ਼ਕਾਲੇ ਦੀ ਬਹਾਰ ਹੈ ਕਿ ਵੱਛੀ ਹੁਣ ਵੀ 22 ਕਿਲੋ ਦੁੱਧ ਕਰੇਗੀ ਇਨਸ਼ਾਅੱਲਾ। ਹੁਣ ਮੌਜੂਦਾ ਜਿਹੜਾ ਦੁੱਧ ਇਹਦੇ ਕੋਲ 14 ਕਿਲੋ ਵੀ ਗਰੰਟੀ ਨਾਲ ਰਵੇਲ ਕਾਫੀ ਹੈ ਵਿੱਚ ਹੁੰਗੀ ਹੈ। ਦੋਸਤੀ ਮੇਰਾ ਭਰਾ ਹੈ ਯਾਰ, ਦੋਸਤੀ ਲਹਿਦਾ ਚੀਜ਼ ਹੁੰਦੀ ਹੈ, ਮੇਰਾ ਭਰਾ ਵਾਲਾ ਤਾਂ ਲੱਗੇ ਉੱਥੇ ਸੂਈ ਦੋਸਤ ਵੀ ਵਿਕੀ ਵਿਕੀ ਵੀ ਉਹਨਾਂ ਦੀ ਹੈ, ਵਿਕਣੀ ਵੀ ਉਹਨਾਂ ਦੀ ਹੋਈ ਹੈ। ਠੀਕ ਹੈ ਭਾਈ, ਸਮਾਨ ਵੀਡੀਓ ਬਣਵਾਉਣਾ ਹੈ ਤੁਹਾਨੂੰ ਕਾਲ ਕਰ। ਪਿੱਛੇ ਦੇ ਵੱਛੀ ਮਾਸ਼ਾਅੱਲਾ ਜੀ, ਵੱਛੀ ਭਲਾ ਸਾਹਿਬ, ਵੱਛੀ ਕਰਮ ਵਾਲੀਆਂ, ਕਰਮ ਵਾਲੀਆਂ ਦੋ ਹੀ ਨੇ ਤੇ ਡੋਗਰ ਸਾਹਿਬ ਸੁਆ ਦੂਸਰਾ ਸੂਈ ਹੈ, ਸੁਆ ਦੂਸਰਾ ਸੂਈ। ਇੱਕ ਮਹੀਨਾ ਯਾਰ ਪਿਛਲੀ ਵੀਡੀਓ ਕੱਢ ਕੇ ਉਹਦੇ ਵਿੱਚ ਵੇਖ ਸਕਦੇ ਨੇ, 7ਵੇਂ ਮਹੀਨੇ ਦੀ 20 ਤਰੀਕ ਨੂੰ ਸਾਡੀ ਵੀਡੀਓ ਬਣੀ ਹੈ। ਉਸ ਵੀਡੀਓ ਦੇ ਵਿੱਚ ਵੈੜੀ ਹੈ 4,40,000 ਰੁਪਏ ਦਾ ਰੇਟ ਉਸ ਵੀਡੀਓ 'ਚ ਪਾਇਆ। ਤੇ ਜਿੰਨਾ ਉਦੋਂ ਜਦੋਂ ਦਿੱਤੀ ਸੀ ਮੈਂ ਉਹਨਾਂ ਨੂੰ, ਉਦੋਂ ਇੱਕ ਦੋ ਦੋਸਤ ਐਸੇ ਵੀ ਡੇਰੇ ਤੇ ਆਏ, ਕਹਿੰਦੇ ਹੁਣ ਮਾਸ਼ਾਅੱਲਾ ਵੱਛੀਆਂ ਨੇ ਤੇ ਵੱਛੀਆਂ ਵੀ ਚੰਗੀਆਂ ਨੇ ਮਾਸ਼ਾਅੱਲਾ ਜੀ। ਦੋਰ ਭਾਈ ਤਸਵਰ ਵੇਖੋ, ਜਰਸੀ ਦੇ ਥੱਲੇ ਪੂਰਾ ਬ੍ਰਾਂਡਿਡ ਸੈਕਸ ਡੋਜ਼ ਦੀ ਵੱਛੀ ਵੇਖੋ। ਹਾਂ ਕਰਮ ਵਾਲੀਆਂ ਵੀ ਦੋ ਨੇ ਮਾਸ਼ਾਅੱਲਾ ਜੀ। ਨੰਬਰ 2 ਤੇ ਆ ਗਈ ਰਵੇਲ, ਦੋਸਤਾਂ ਵੇਖ ਲੈਣੀ ਰਵੇਲ ਕਾਫੀ ਹੈ, ਥੱਲੇ ਵੀ ਪੂਰਾ ਮੈਦਾਨ ਲਾਇਆ। ਡੋਗਰ ਸਾਹਿਬ ਕਿਨਵਾ ਸੁਆ ਸੂਈ ਹੈ ਤੇ ਕਿਦੋਂ ਦੀ ਸੂਈ ਹੈ? ਦੂਸਰਾ ਸੁਆ ਸੂਈ ਹੈ, ਕੱਲ ਦੀ ਸੂਈ ਹੈ ਵੈੜੀ ਭਾਈ। ਡੋਰੋ ਲੰਮੀ ਬੋਲਾ ਵੈੜੀ ਕੋਲ ਜਿਹੜਾ ਹੈ ਨਾ ਬੋਲਾ, ਉਹ ਤਕਰੀਬਨ 15 ਕਿਲੋ ਤੂੰ ਚਵਾਈਆਂ ਦਾ ਵੀ ਚੋਇਆ ਹੈ। ਕੀ ਨਸਲ ਹੈ ਡੋਗਰ ਸਾਹਿਬ ਜੀ? ਚਾਰ ਲੱਖ ਤੇ ਦਸ ਹਜ਼ਾਰ। ਨੰਬਰ 2 ਤੇ ਚੈੱਕ ਕਰਾਈ ਹੈ, ਪਿੱਛੇ ਵੱਛੀ ਹੈ, ਕੀਮਤ ਡਿਮਾਂਡ 4-10 ਤੇ ਅੱਜ ਦੀ ਵੀਡੀਓ ਦਾ ਜਿਹੜਾ ਖੂਬਸੂਰਤ ਜਾਨਵਰ ਮੇਰੇ ਦਿਲ ਲੱਗਿਆ ਐ ਮੈਂ ਨੈਣ ਦੀ ਅੱਖ ਨਾਲ ਸੋਹਣੀ। ਮੈਂ ਡੋਗਰ ਸਾਹਿਬ ਨੂੰ ਨੰਬਰ ਸਭ ਤੋਂ ਜ਼ਿਆਦਾ ਮੈਡਮ ਨਫਾਸਤ ਬੜੀ ਮਾਸ਼ਾਅੱਲਾ ਜੀ ਡੋਗਰ ਸਾਹਿਬ ਤੁਹਾਡੀ ਚੋਇਸ ਹੈ। ਇਹਨੂੰ ਭਾਵੇਂ ਸਾਉਣ ਭਾਦਰਾਂ ਦੇ ਵਿੱਚ ਅੱਕਾਂ ਚ ਦੁੱਧ ਸੁੱਕ ਜਾਂਦਾ ਸਾਉਣ ਭਾਦਰਾਂ ਦੇ ਮਹੀਨੇ। ਇਸ ਟਾਈਮ ਵੀ ਮੇਰੀ ਵੈੜੀ ਕੁਛ 17-18 ਕਿਲੋ 17 ਨੇ ਪੱਕੀਆਂ ਠੰਡੀਆਂ ਕਰਕੇ।
ਮਾਸ਼ਾਅੱਲਾ ਜੀ ਪਿੱਛੇ ਬੱਚੀ ਕਿੰਨੇ ਦੇ 10 ਕ ਦਿਨ ਖਲੋਈਓ ਅੱਲਾ ਦੇ ਫਜ਼ਲ ਨਾਲ ਇਹ 25 ਪਲੱਸ ਹੋਏਗੀ ਹਾਏ ਕਿੰਨੇ ਦੰਦ ਦੇ ਡੋਗਰ ਸਾਹਿਬ ਰਾਜ ਸਾਹਿਬ 6 ਦੰਦ ਦੇ ਛਿੱਗੀ ਹੈ ਮਾਸ਼ਾਅੱਲਾ ਜੀ ਨਸਲ ਕੀ ਜੇ ਰਾਜ ਸਾਹਿਬ ਫਰੀਜ਼ੀਅਨ ਤੇ ਚੋਲਸਤਾਨੀ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ ਅੱਜ ਦੀ ਵੀਡੀਓ ਦਾ ਤੋਹਫਾ ਪੈਕੇਜ ਤੇ ਖੜਾ ਕਰਿਓ ਜ਼ਰਾ ਦਾ ਤਰੀਫਾਂ ਕਾਫੀ ਕੀਤੀ ਤੇ ਰੇਟ ਦਾ ਸੋਹਣਾ ਲਾਣਾ ਜੀ ਸਾਹਮਣੇ ਆ ਕੇ ਜ਼ਰਾ ਰਾਜ ਸਾਹਿਬ 5.5 ਨਹੀਂ ਠੀਕ ਹੈ ਖੜਾ ਕਰਨਾ ਜੀ ਡੋਗਰ ਸਾਹਿਬ ਰਾਜ ਸਾਹਿਬ ਫਾਈਨਲ 4.5 ਲੱਖ ਰੁਪਏ ਦੀ ਵੈੜੀ ਯੈਸ ਤੇ ਨੋ ਜੇ ਖੜਾ ਕਾ ਕੇ ਹੀ ਫਿਰ ਯੈਸ ਤੇ ਨੋ ਹੈ ਹੁਣ 4.5 ਲੱਖ ਦੀ ਜਿਸ ਭਰਾ ਦੋਸਤ ਨੂੰ ਪਸੰਦ ਹੋਇਆ ਟੋਕਨ ਕਰਵਾ ਦੇ ਨਹੀਂ ਤੇ ਕੋਈ ਗੱਲ ਨਹੀਂ ਇਹਨੂੰ ਕੋਡ ਕਰਾਓ ਜੀ ਬਿਹਤਰ ਹੋ ਗਿਆ ਪਿੱਛੇ ਬੱਚੀ ਮਾਸ਼ਾਅੱਲਾ ਜੀ ਦੋਈਆਂ ਨੂੰ ਕੀਮਤ ਡਿਮਾਂਡ 4.5 ਨੰਬਰ 3 ਤੇ ਚੈੱਕ ਕਰਾਈਏ ਪੁੱਠਾ ਵੀ ਦੋਸਤਾਂ ਵੇਖ ਲੈਣਾ ਅੱਗੇ ਆ ਗਈ ਮਾਸ਼ਾਅੱਲਾ ਜੀ ਚੰਗੀ ਕਾਦਾਵਰ ਪਹਿਲਵਾਨ ਨਾਮੀ ਗ੍ਰਾਮੀ ਚੀਜ਼ ਤੇ ਸਬਰ ਸਾਹਿਬ ਤੁਸੀਂ ਤੇ ਇਹਦੇ ਸਾਹਮਣੇ ਗੀਂਡੇ ਹੀ ਲੱਗਦੇ ਹੋ ਇਸ ਤਰ੍ਹਾਂ ਹੀ ਗੱਲ ਵੇਖ ਤੁਸੀਂ ਸ਼ਾਇਦ ਵੇਖੋ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਫੁੱਲ ਮੈਂ ਪਿੱਛੇ ਹੋ ਗਿਆ ਵਾਂ ਮਕਸਦ ਹੈ ਵੇ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਫੁੱਲ ਪਿੱਛੇ ਹੋਇਆ ਵਾਂ ਜਿਹਨੂੰ ਪਿਓਰ ਇੰਪੋਰਟਡ ਕਹਿੰਦੇ ਨੇ ਨਾ ਜੀ ਜੀ ਜਿਸ ਭਰਾ ਨੂੰ ਇੰਪੋਰਟਡ ਗਾਂ ਦਾ ਠਹਿਰਾ ਕੇ ਉਹ ਰਾਬਤਾ ਕਰੇ ਇਹ ਪਿਓਰ ਇੰਪੋਰਟਡ ਠੀਕ ਹੈ ਸੁਆ ਕਿਨਵਾ ਸੁਈ ਹੈ ਡੈਡੀ ਨਹੀਂ ਹੈ ਦੂਜਾ ਸੁਆ ਸੁਈ ਹੈ ਤੇ ਇਹਨਾਂ ਦੇ ਚੱਡੇ ਕਿ ਨਾਲ ਇਹਦੇ ਇੰਜ ਪੱਕੇ ਹੀ ਹੁੰਦੇ ਨੇ ਤੇ ਕਿਸੇ ਭਰਾ ਨੇ ਕਿਹਾ ਜੀ ਇਹਨੇ ਦੁੱਧ ਕਿੱਥੋਂ ਦੇਣਾ ਤੇ ਇਹ ਇਹਨਾਂ ਪੱਕਿਆਂ ਚੱਡਿਆਂ 'ਚ ਦੁੱਧ ਦਿੰਦੀਆਂ ਨੇ ਤੇ ਇਹ ਪਹਿਲਾਂ ਵੈੜੀ ਕੀ ਨਾਲ ਇਹਦਾ ਸ਼ਨਾਖਤ ਵਾਲੇ ਬੰਦੇ ਨੂੰ ਇਹਦਾ ਪਤਾ ਹੈ ਇਹ ਪਹਿਲਾਂ ਵੈੜੀ 40 ਪਲੱਸ ਰਹਿ ਚੁੱਕੀ ਹੈ ਪਹਿਲਾਂ ਵੈੜੀ ਜਰਾ ਆਹ ਚੈੱਕ ਕਰੋ ਪਹਿਲਾਂ ਵੈੜੀ 40 ਪਲੱਸ ਰਹਿ ਚੁੱਕੀ ਹੈ ਆਹ ਚੈੱਕ ਕਰੋ ਮੈਂ ਭਾਈ ਫਰਾਦ ਕੀ ਹਾਲ ਠੀਕ ਹੋ ਮੈਂ ਨਜ਼ਰ ਆ ਰਹੀ ਹੱਥ ਨਜ਼ਰ ਹੁੰਦਾ ਪਰ ਤੁਹਾਡਾ ਜਾਂ ਪੱਗ ਨਜ਼ਰ ਹੁੰਦੀ ਵੀ ਤੁਹਾਡੀ ਸਾਹਿਬ ਨਾ ਐਵੇਂ ਹੀ ਨਹੀਂ ਬਣਦੇ ਹੈ ਅਸੀਂ ਗੱਲਾਂ ਨਾਲ ਨਹੀਂ ਨਾ ਬਣਾਇਆ ਕੰਮ ਕਰਕੇ ਨਾ ਰਹਿ ਚੀਜ਼ਾਂ ਨੇ ਪਰੌਲਾ ਬੰਨੇ ਹੀ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਰਹਿ ਚੀਜ਼ਾਂ ਨੇ ਆਹ ਡੋਗਰ ਸਾਹਿਬ ਸੁਆ ਕਿਨਵਾ ਸੂਈ ਹੈ ਤੇ ਕਿਦੋਂ ਦੀ ਸੂਈ ਹੈ ਦੂਸਰਾ ਸੁਆ ਸੂਈ ਹੈ ਸੂਈ ਨੂੰ ਅੱਜ ਕੋਈ 6-7 ਦਿਨ ਹੋ ਗਏ 6-7 ਦਿਨ ਹੋ ਗਏ ਨਾ ਸੁਆ ਦੂਸਰਾ ਵੇ ਤੇ ਕਿੰਨਾ ਕੁ ਦੁੱਧ ਦੇ ਡੋਗਰ ਸਾਹਿਬ ਦੇ ਕੋਲ ਵੈੜੀ ਕੋ ਦੁੱਧ ਦੇ ਹੀ 24-25 ਕਿਲੋ ਬਰਹ ਲਾਉਣ ਭਾਈ ਤੈਨੂੰ ਲੰਮੀ ਤੋਂ ਪਰਸੋਂ ਦੀ ਕੋ ਥੋੜੀ ਜਿਹੀ ਘਟੀ ਜੇ ਆਸ ਟਾਈਮ ਠੰਡਾ ਕਰਕੇ 20-22 ਕਿਲੋ ਧਾਰਾਂ ਠੰਡੀਆਂ ਕਰਕੇ ਨੇ 20 ਕਿਲੋ ਦੁਆ ਟਮਨ ਥੋੜਾ ਜਿਹਾ ਇਹ ਸਾਡੇ ਅਸਲ ਜੇ ਇਸ ਮੌਸਮ ਵਾਲੀ ਨਹੀਂ ਹੈ ਇਸ ਮੌਸਮ ਵਾਲੀ ਨਹੀਂ ਗਰਮੀ ਵੀ ਨਹੀਂ ਉਂਝ ਕਰਮ ਵਾਲੀ ਕਰਦੀ ਅੱਛਾ ਜਿੱਦਣ ਥੋੜਾ ਜਿਹਾ ਮੌਸਮ ਚੇਂਜ ਹੋ ਗਿਆ ਨਾ ਇਹ ਹੀ ਕਰਮ ਵਾਲੀ 35-40 ਲੀਟਰ ਤੇ ਜਾਣੀ ਹੈ ਜਿੰਜ ਦੀ ਸ਼ਾਇ ਬੜੀ ਅਨੋਖੀ ਸਾਰੀ ਸ਼ਾਇ ਤੇ ਤਿੰਨਾਂ ਚਵਾਈਆਂ ਵਾਲੀ ਸ਼ਾਇ ਤੈਯਬ ਸਾਹਿਬ ਜੀ ਜੀ ਦੇਖੋ ਹਾਂ ਇੰਪੋਰਟਡ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਚੰਗੀ ਕਾਦਾਵਰ ਹੈ ਹਾਈਟ ਬੜੀ ਹੈ 15 ਲੱਖ ਰੁਪਏ ਦੀ ਇੰਦੀ ਇੰਪੋਰਟਡ ਗਾਂ ਇੰਪੋਰਟ ਹੁੰਦਾ ਹੀ ਹੈ ਹੁਣ ਬੋਲਾ ਸਭ ਕੀ ਤੁਹਾਡੇ ਕੋਲ ਤਿੰਨਾਂ ਮਹੀਨਿਆਂ ਦੀ ਗੱਬਨ 4 ਮਹੀਨਿਆਂ ਦੀ ਗੱਬਨ ਜਾਂ 7 ਮਹੀਨਿਆਂ ਦੀ ਗੱਬਨ ਬੰਨ ਤੇ ਨਹੀਂ ਤੇ ਇਹ ਕੀ ਨਾਂ ਲਈਦਾ ਵੇਖੋ ਅਨੋਖੀ ਸਾਰੀ ਸ਼ਾਇ ਹੈ ਮਾਸ਼ਾਅੱਲਾ ਜੀ ਪਿੱਛੇ ਤੇ ਬੱਚਾ ਵੇ ਸੁਆ ਦੂਸਰਾ ਸੂਈ ਹੈ ਮੌਜੂਦਾ ਜਿਹੜਾ ਦੇ ਕੋਲ ਦੁੱਧ ਹੈ 20 ਕਿਲੋ ਵੇ ਚੰਗੀ ਕਾਦਾਵਰ ਨਾਮੀ ਗ੍ਰਾਮੀ ਚੀਜ਼ ਹੈ ਹਰ ਵੀਡੀਓ ਚ ਇਹੋ ਜੀ ਵੈੜ ਨਹੀਂ ਸ਼ਾਮਲ ਹੁੰਦੀ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਨੂੰ ਫਿਰ ਵਹਾ ਲੈਣੇ ਆ ਡੋਗਰ ਸਾਹਿਬ ਕਹਿ ਰਹੇ ਨੇ ਲਿਬਾਸ ਜ਼ਰਾ ਪੱਕਾ ਰੱਖ ਦਈਏ ਕੋ ਮੌਸਮ ਜਿਉਂ ਜਿਉਂ ਚੰਗਾ ਹੋਣਾ ਹੈ ਗੁਸਟਾਲਾ ਵੀ ਆਈਆਂ ਨੇ ਤੇ ਇਹਦੇ ਦੁੱਧ ਚ ਮਜ਼ੀਦ ਇਨਸ਼ਾਅੱਲਾ ਇਜ਼ਾਫਾ ਹੋਣਾ ਜੀ ਡੋਗਰ ਸਾਹਿਬ ਰਾਜ ਸਾਹਿਬ ਇਹਦਾ ਕਿਸੇ ਭਰਾ ਦੋਸਤ ਨੂੰ ਪਸੰਦ ਜਿਹਨੂੰ ਆਈ ਨਾ ਉਹਨੂੰ ਫੋਨ ਦੇ ਉੱਤੇ ਰੇਟ ਦਾ ਫੋਨ ਦੇ ਉੱਤੇ ਹਾਂਜੀ ਬਰਾਲ ਭਰਾ ਕਹਿੰਦੇ ਨੇ ਕਿ ਜੇ ਸ਼ਾਮਲਾਟ ਜਗ੍ਹਾ ਨੇ ਕਿ ਜਿਹਦਾ ਅੰਦਰ ਖਾਤੇ ਸੌਦਾ ਕਰਨਾ ਤੇ ਯਾਰ ਸਾਡੀ ਤੇ ਫਿਰ ਸ਼ਾਮ ਲਾਟ ਹੀ ਜੇ ਇਹਦਾ ਅੰਦਰ ਖਾਤੇ ਹੀ ਹੋਣਾ ਇਹਦਾ ਅੰਦਰ ਖਾਤੇ ਹੀ ਹੋਣਾ ਚਲੋ ਠੀਕ ਮਸੀਦ ਕੇ ਦੋਸਤਾਂ ਵਾਸਤੇ ਪੇਗਾਮ ਝੋਟੀ ਨਹੀਂ ਸਰ ਮਹਾਨੀ ਸਾਡੀ ਹੁਣ ਇੰਜ ਸਾਡੇ ਨਾ ਹੁਣ ਅਸੀਂ ਭੁੱਲ ਚੁੱਕੇ ਕਿ ਮੱਝ ਲੈ ਲਈ ਏ ਇੱਧਰ ਗੱਲ ਸੁਣੋ ਗਾਈ ਦੇ ਹੀ ਕਨਿੰਦੇ ਆ ਗਾਈ ਦਾ ਸਾਨੂੰ ਪੂਰਾ ਪਤਾ ਮੱਝ ਅਸਾਂ ਉਹ ਲੈਣੀ ਹੁੰਦੀ ਹੈ ਕਿ ਜਿਹੜੀ ਜਾਨ ਨਾਲ ਅਨੋਖੀ ਸਾਰੀ ਹੋਏ ਜਿਹੜੀ ਪੂਰੀ ਸਾਬਤ ਸ਼ਾਇ ਹੋਏ ਮੱਝ ਅਸਾਂ ਉਹ ਲੈਣੀ ਹੁੰਦੀ ਲਿਆਓ ਜੀ ਸਬਰ ਸਾਹਿਬ ਗਰਮੀ ਕਾਫੀ ਨਾ ਗਰਮੀ ਲੱਗਦੀ ਮੈਨੂੰ ਮੱਝ ਦਾ ਪੀਲਾ ਸਦੇ ਕੋ ਮੱਝ ਦਾ ਕਨਿੰਦੇ ਆ ਦੇਖੋ ਹਾਂ ਕਿਨਵਾ ਸੁਆ ਸੂਈ ਹੈ ਮਟਰ ਮਟਰ ਵਾਨਾ ਗੋਸ਼ਤ ਖੋੜਾ ਜਿਹੜਾ ਕਹਿੰਦੇ ਨੇ ਉਹ ਵਾਨਾ ਨਹੀਂ ਜੇ ਇਹਦਾ
ਮਾਸ਼ਾਅੱਲਾ ਜੀ ਡੋਗਰ ਸਾਹਿਬ ਸੁਆਹ ਕਿੰਨਵਾ ਸੂਈ ਹੈ ਦੂਸਰਾ ਸੁਆਹ ਫਰਾਜ਼ ਸਾਹਿਬ ਲਾ ਰਿਹਾ ਭਾਈ ਸਬਰ ਕੀ ਗੱਲ ਹੈ ਦੋੜੀ ਲੱਗੀ ਹੈ ਪਹਿਲਾਂ ਝੋਟੀ 18 ਕਿਲੋ ਦੁੱਧ ਕਰਦੀ ਰਹੀ ਹੈ ਪਹਿਲਾਂ ਝੋਟੀ ਸੁਆਹ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ 5 ਕਿਲੋ ਕਹਿੰਦੇ ਰਹੀ ਹੈ ਗਲਤ ਬਿਆਨੀ ਹੈ ਪਹਿਲਾਂ ਝੋਟੀ 18 ਕਿਲੋ ਦੁੱਧ ਕਰਦੀ ਰਹੀ ਹੈ ਤੇ ਹੁਣ ਵੀ ਮਾਲਕ ਦੇ ਫਜ਼ਲ ਨਾਲ ਨਾ ਕਿ ਨਾਲ ਇਹਦਾ ਝੋਟੀ ਲੀਡ ਮਾਰੇਗੀ ਥੋੜਾ ਜਿਹਾ ਮੌਸਮ ਚੇਂਜ ਹੋਣ ਦਿਓ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਦੁੱਧ ਜਿਹੜਾ ਦਿੰਦਾ ਨਾ 10 12 15 20 ਕਿਲੋ ਜਿਹੜੇ ਡੰਗਰ ਥੱਲੇ ਵੇ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼।